ਵਿਕਰਮ ਮਜੀਠੀਆ ਦੇ ਖਿਲਾਫ ਦਰਜ ਐਨਡੀਪੀਐਸ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਐਨਡੀਪੀਐਸ ਮਾਮਲੇ ਦੇ ਵਿੱਚ ਗਠਿਤ ਸਿੱਟ ਟੀਮ ਦੇ ਵਿੱਚ ਅਫਸਰਾਂ ਦਾ ਵਾਅਦਾ ਕੀਤਾ ਗਿਆ। ਹੁਣ ਸਿੱਟ ਟੀਮ ਦੇ ਵਿੱਚ 3 ਹੋਰ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ। ਹੁਣ ਸਿੱਟ ਦੀ ਟੀਮ ਦੇ ਵਿੱਚ ਕੁੱਲ 6 ਅਧਿਕਾਰੀ ਜਾਂਚ ਕਰਨਗੇ। DIG ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਦੇ ਵਿੱਚ ਸਿੱਟ ਬਣਾਈ ਗਈ ਹੈ। ਦੱਸ ਦਈਏ ਕਿ ਸਿੱਟ ਨੇ ਮਜੀਠੀਆ ਨੂੰ 16 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਨੇ। ਤਾਂ ਹਰਚਰਨ ਸਿੰਘ ਭੁੱਲਰ ਦੇ ਸਿੱਟ ਦੇ ਮੁਖੀ ਬਣਨ ਤੋਂ ਬਾਅਦ ਪਹਿਲੀ ਵਾਰ ਉਹਨਾਂ ਨੂੰ ਬੁਲਾਇਆ ਗਿਆ। 16 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਜੋ ਨੇ ਉਹ ਦਿੱਤੇ ਗਏ ਨੇ। ਵਿਕਰਮ ਮਜੀਠੀਆ ਨੂੰ ਐਨਡੀਪੀਐਸ ਮਾਮਲੇ ਦੇ ਵਿੱਚ ਗਠਿਤ ਸਿੱਟ ਦੀ ਜੋ ਟੀਮ ਸੀ ਉਸ ਦੇ ਵਿੱਚ ਅਫਸਰਾਂ ਦਾ ਵਾਅਦਾ ਕੀਤਾ ਗਿਆ, ਯਾਨੀ ਕਿ ਹੁਣ 6 ਅਫਸਰ ਸਿੱਟ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵਿੱਚ 6 ਅਫਸਰ ਪੁੱਛ ਪੜਤਾਲ ਜੋ ਹੈ ਵਿਕਰਮ ਮਜੀਠੀਆ ਤੋਂ ਕਰਨਗੇ। ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਜੋਸ਼ੀ ਇੱਕ ਵਾਰ ਫਿਰ ਤੋਂ ਫੋਨਲਾਈਨ 'ਤੇ ਜੁੜ ਚੁੱਕੇ ਨੇ। ਮਨੋਜ, ਸਿੱਟ ਦੀ ਟੀਮ ਦੇ ਵਿੱਚ ਅਧਿਕਾਰੀਆਂ ਦਾ ਵਾਅਦਾ ਕੀਤਾ ਗਿਆ? ਤਾਂ ਤਕਨੀਕੀ ਖਾਮੀ ਦੇ ਕਾਰਨ ਸੰਪਰਕ ਟੁੱਟ ਗਏ, ਦੁਬਾਰਾ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਜੁੜਨ ਦੀ। ਤਾਂ ਦੱਸ ਦਈਏ ਕਿ ਇਹ ਵੱਡੀ ਖਬਰ ਇਸ ਵੇਲੇ ਦੀ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਵਿਕਰਮ ਮਜੀਠੀਆ ਖਿਲਾਫ ਦਰਜ ਐਨਡੀਪੀਐਸ ਮਾਮਲੇ ਦੇ ਨਾਲ ਜੁੜੀ ਹੋਈ ਇਹ ਖਬਰ ਹੈ। ਐਨਡੀਪੀਐਸ ਮਾਮਲੇ ਦੇ ਵਿੱਚ ਗਠਿਤ ਸਿੱਟ ਦੀ ਟੀਮ ਦੇ ਵਿੱਚ ਅਫਸਰਾਂ ਦਾ ਵਾਅਦਾ ਕੀਤਾ ਗਿਆ। ਹੁਣ ਸਿੱਟ ਟੀਮ ਦੇ ਵਿੱਚ 3 ਹੋਰ ਵਿਦਿਆਰਥੀਆਂ ਨੂੰ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ। ਤਾਂ ਮਨੋਜ ਜੋਸ਼ੀ ਜੀ ਇੱਕ ਵਾਰ ਫਿਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਮਨੋਜ ਜੀ, ਸਿੱਟ ਦੀ ਟੀਮ ਦੇ ਵਿੱਚ ਵਾਅਦਾ ਕੀਤਾ ਗਿਆ ਅਫਸਰਾਂ ਦੀ, 6 ਹੁਣ ਪੂਰੇ ਅਧਿਕਾਰੀ ਹੋਣਗੇ, ਜਾਂਚ ਕਰਨਗੇ ਇਸ ਪੂਰੇ ਮਸਲੇ ਦੀ, ਹੋਰ ਕੀ ਕੁਝ ਅਪਡੇਟ ਹੈ? ਜੀ ਰਮਨੀਤ, ਦੇਖੋ ਜਿਹੜੀ ਪਹਿਲਾਂ ਵੀ ਜਿਹੜੀ ਸਿੱਟ ਸੀਗੀ ਉਹ ਪਹਿਲਾਂ ਵੀ 5 ਮੈਂਬਰ ਸਿੱਟ ਸੀਗੀ, ਤੇ ਇਸ ਵਾਰ ਵੀ ਜਿਹੜੀ ਸਿੱਟ ਹੈਗੀ ਆ, ਜਿਹੜੀ ਨਵੀਂ ਸਿੱਟ ਬਣਾਈ ਗਈ ਹੈ, ਮੁਖਵਿੰਦਰ ਸਿੰਘ ਛਿੰਦਾ ADGP ਜਿਹੜੇ ਪਟਿਆਲਾ ਰੇਂਜ ਸੀਗੇ ਉਹਨਾਂ ਦੇ ਰਿਟਾਇਰ ਹੋਣ ਤੋਂ ਬਾਅਦ ਉਹਦੇ ਵਿੱਚ ਪਹਿਲਾਂ 3 ਮੈਂਬਰ ਰੱਖੇ ਗਏ ਸੀਗੇ, ਜਿਹਦੇ ਵਿੱਚ DIG ਪਟਿਆਲਾ ਰੇਂਜ ਜਿਹੜੇ ਸੀਗੇ ਹਰਚਰਨ ਸਿੰਘ ਭੁੱਲਰ ਸੀਗੇ, ਨਾਲ ਉਹਨਾਂ ਦੇ SSP ਜਿਹੜੇ ਸੀਗੇ ਪਟਿਆਲਾ ਦੇ ਵਰਨ ਸ਼ਰਮਾ ਅਤੇ ਧੂਰੀ ਦੇ SP ਸੀਗੇ ਯੋਗੇਸ਼ ਸ਼ਰਮਾ, ਇਹਨਾਂ ਤਿੰਨਾਂ ਨੂੰ ਰੱਖਿਆ ਗਿਆ ਸੀਗਾ। ਤੇ ਇਸ ਤੋਂ ਬਾਅਦ ਜਿਹੜੀ ਹੁਣ 3 ਮੈਂਬਰ ਹੋਰ ਲਗਾਏ ਗਏ ਨੇ, 2 DSP ਨੇ, ਇੱਕ ਜਿਹੜੇ ਨੇ ਇੰਸਪੈਕਟਰ ਨੇ, ਜਿਹੜੇ DSP ਨੇ ਉਹ ਜਸਵਿੰਦਰ ਸਿੰਘ ਤਿਵਾਣਾ ਨੇ, ਅਤੇ ਉਸਦੇ ਨਾਲ ਹੀ ਜਿਹੜੇ ਸਟੇਟ ਕ੍ਰਾਈਮ ਬ੍ਰਾਂਚ ਮੋਹਾਲੀ ਦੇ DSP ਨੇ ਨਰਿੰਦਰ ਸਿੰਘ ਅਤੇ ਇੰਸਪੈਕਟਰ ਜਿਹੜੇ ਦਰਬਾਰ ਸਿੰਘ ਨੂੰ ਇਸ 'ਚ ਸ਼ਾਮਿਲ ਕੀਤਾ ਗਿਆ। ਹੁਣ ਜਿਹੜੀ ਪਹਿਲਾਂ 3 ਮੈਂਬਰੀ ਸਿੱਟ ਸੀਗੀ, 6 ਮੈਂਬਰੀ ਸਿੱਟ ਹੁਣ ਬਣਾ ਦਿੱਤੀ ਗਈ ਹੈ। 16 ਜਨਵਰੀ ਨੂੰ ਜਿਹੜੇ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਇੱਕ ਵਾਰ ਫਿਰ ਜਿਹੜੇ ਸਿੱਟ ਵੱਲੋਂ ਪਹਿਲਾਂ ਹੀ ਜਿਹੜਾ ਸੀਗਾ ਸੰਮਨ ਪੇਸ਼ ਹੋਣ ਵਾਸਤੇ ਪਟਿਆਲਾ ਰੇਂਜ ਦੇ DIG ਦੇ ਆਫਿਸ ਵਾਸਤੇ ਭੇਜਿਆ ਗਿਆ ਸੀਗਾ, ਤੇ ਉਸ ਨੂੰ ਲੈ ਕੇ ਜਿਹੜੀ ਹੈਗੀ ਹੈ ਉਹ ਹੁਣ ਜਿਹੜੀ ਕਾਰਵਾਈ ਇਹ 6 ਮੈਂਬਰੀ ਦੀ ਟੀਮ ਹੈਗੀ ਹੈ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹ ਕਰੇਗੀ, ਤੇ ਮਜੀਠੀਆ ਤੋਂ ਇਹ ਪੁੱਛਗਿੱਛ ਕਰੇਗੀ। ਤੇ ਨਵੀਂ ਟੀਮ ਹੈ ਬਿਲਕੁਲ, ਤੇ ਇਸ ਦਾ ਕਿਸ ਤਰ੍ਹਾਂ ਦਾ ਪੁੱਛਗਿੱਛ ਦਾ ਸਟਾਈਲ ਹੈ ਤੇ ਕਿਸ ਤਰ੍ਹਾਂ ਇਹਨਾਂ ਨੂੰ ਟ੍ਰੀਟ ਕਰਦੇ ਨੇ, ਇਹ ਆਰਮੀ ਟਾਈਮ ਚੱਲ ਰਿਹਾ ਸੀਗਾ, ਪਰ ਪਹਿਲਾਂ ਵਾਲੀ ਜਿਹੜੀ ਸਿੱਟ ਸੀਗੀ ਉੱਪਰ ਉਹ ਵਾਲ ਉਠਾਉਂਦੇ ਸੀਗੇ ਤੇ ਕਹਿੰਦੇ ਸੀ ਕਿਹੜੇ ਕਿਹੜੇ ਜਿਹੜੇ ਅਧਿਕਾਰੀ ਜਿਹੜੇ ਨੇ, ਕੁੱਲ 6 ਅਧਿਕਾਰੀ ਹੋ ਗਏ ਨੇ, ਕਿਹੜੇ ਕਿਹੜੇ ਅਧਿਕਾਰੀ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਹੈ? ਹਾਂਜੀ, ਇਹਨਾਂ ਵਿੱਚ ਇੱਕ ਤਾਂ ਜਿਹੜੇ DIG ਨੇ ਉਹ ਇਹਨੂੰ ਚੇਅਰ ਕਰਦੇ ਨੇ, ਉਹ ਚੇਅਰਮੈਨ ਨੇ ਇਹਦੇ, ਤੇ SSP ਹੈ, ਇੱਕ SSP ਨੇ, ਇੱਕ SP ਹੈ, 2 DSP ਤੇ ਇੱਕ ਇੰਸਪੈਕਟਰ ਹੈਗਾ, ਪੂਰੀ ਟੀਮ ਕਰਾਉਂਦੀ ਹੈਗੀ ਹੈ ਤਾਂ ਕਿ ਹਰ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਉਹ ਕੀਤਾ ਜਾ ਸਕੇ। ਤੇ ਜਿਹੜੀ ਕਿ ਜਿਹੜੀ ਦੇਖੋ ਜਦੋਂ ਸਿੱਟ ਜਿਹੜੀ ਸੀਗੀ ਆਪਣੇ ਮੁਖਵਿੰਦਰ ਸਿੰਘ ਛੀਨਾ ਉਹਨਾਂ ਵਾਲੀ ਸੀਗੀ, ਤਾਂ ਉਹਨੂੰ 31 ਨੂੰ ਰਿਟਾਇਰ ਹੋਣਾ ਸੀਗਾ, ਮਸੀਡੀਆ ਬਾਰ ਬਾਰ ਕਹਿੰਦੇ ਸੀਗੇ ਕਿ ਤੁਸੀਂ ਸਿੱਟ ਦੇ ਜਿਹੜੇ ਰਿਟਾਇਰ ਹੋਵੋਗੇ ਹੋਣ ਜਾ ਰਹੇ ਨੇ ਮੁਖਵਿੰਦਰ ਸਿੰਘ ਸਿੰਨਾ, ਉਸ ਤੋਂ ਬਾਅਦ ਮੁੱਖ ਮੰਤਰੀ ਆਪ ਆ ਕੇ ਸਿੱਟ 3-4 ਦਿਨ ਮੇਰੇ ਨਾਲ ਗੱਲਬਾਤ ਕਰਨ, ਉਹ ਪਹਿਲਾਂ ਕਹਿੰਦੇ ਰਹੇ ਨੇ ਪਰ ਨਹੀਂ, ਕਿਉਂਕਿ ਜਿਹੜੀ ਜਿਹੜੀ ਕੋਈ ਵੀ ਇਨਵੈਸਟੀਗੇਸ਼ਨ ਹੈਗੀ ਆ ਉਹ ਪੁਲਿਸ ਅਫਸਰ ਹੀ ਕਰਦੇ ਆ, ਇਸ ਕਰਕੇ ਹੁਣ ਦੁਬਾਰਾ ਤੋਂ ਨਵੀਂ ਜਿਹੜੀ ਹੈ ਹਰਚਰਨ ਸਿੰਘ ਭੁੱਲਰਾਂ ਦੀ ਅਗਵਾਈ ਵਿੱਚ ਨਵੀਂ 6 ਮੈਂਬਰੀ ਸਿੱਟ ਬਣਾ ਦਿੱਤੀ ਗਈ ਹੈ, ਤੇ ਜਿਹੜੀ ਜਾਂਚ ਹੁਣ ਕਰੇਗੀ 16 ਤੋਂ ਚੌਥੀ ਵਾਰ
ਜਿਹੜੇ ਬਿਕਰਮ ਸਿੰਘ ਮਜੀਠੀਆ ਨੂੰ ਬੁਲਾਇਆ ਗਿਆ। ਮਜੀਠੀਆ ਤਿੰਨ ਵਾਰ ਸੰਮਨ ਪਰ ਪਹੁੰਚੇ ਨੇ ਤੇ ਇੱਕ ਵਾਰ ਉਹਨਾਂ ਨੇ ਸਾਹਿਬਜ਼ਾਦਿਆਂ ਦਾ ਜਿਹੜਾ ਜੋੜ ਮੇਲ ਸੀਗਾ ਉਹਦਾ ਹਵਾਲਾ ਦੇ ਕੇ ਛੂਟ ਮੰਗੀ ਸੀਗੀ। ਤੇ ਹੁਣ ਦੇਖਾਂਗਾ ਕਿ 16 ਤਰੀਕ ਨੂੰ ਜਿਹੜੀ ਪਹੁੰਚਦੇ ਤੇ ਉਹਨਾਂ ਤੋਂ ਕਿਸ ਤਰ੍ਹਾਂ ਦੀ ਪੁੱਛਗਿੱਛ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਰਦੀ ਹੈ। ਪਰ ਆਫਿਸਰ ਜਿਹੜੇ ਨੇ ਇਹਦੇ ਵਿੱਚ ਉੱਪਰਲੇ ਤਿੰਨੇ ਬੜੇ ਹੀ ਜਿਹੜੇ ਨੇ ਉਹ ਅੱਛੇ ਅਫਸਰ ਤੇ ਇਨਵੈਸਟੀਗੇਸ਼ਨ ਕਰਨ ਵਾਲੇ ਮੰਨੇ ਜਾਂਦੇ ਹਨ ਜੀ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਮਨੋਜ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਦੱਸ ਦਈਏ ਕਿ ਹੁਣ ਸਿੱਟ ਦੀ ਟੀਮ ਦੇ ਵਿੱਚ ਤਿੰਨ ਹੋਰ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ। ਸਿੱਟ ਦੀ ਟੀਮ ਦੇ ਵਿੱਚ ਕੁੱਲ 6 ਅਧਿਕਾਰੀ ਜਾਂਚ ਕਰਨਗੇ। ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ। NDPS ਮਾਮਲੇ ਦੀ ਜਾਂਚ ਸਿੱਟ ਕਰ ਰਹੀ ਹੈ, ਉਹਨਾਂ ਦੇ ਵਿੱਚ ਅਧਿਕਾਰੀਆਂ ਦਾ ਵਾਧਾ ਕੀਤਾ ਗਿਆ।